ਬੁੱਲੋਵਾਲ ਦੇ ਅਧੀਨ ਆਉਂਦੇ ਪਿੰਡ ਸਠਿਆਲਾ 'ਚ ਦੇਰ ਸ਼ਾਮ ਬਰੋਜਾ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਅੱਗ ਦੀ ਲਪਟਾਂ ਨੇ ਕਰੋੜਾਂ ਰੁਪਏ ਦਾ ਸਮਾਨ ਆਪਣੀ ਚਪੇਟ 'ਚ ਲੈ ਲਿਆ, ਜੋ ਜਲ ਕੇ ਰਾਖ ਹੋ ਗਿਆ। ਉੱਥੇ ਹੀ ਫੈਕਟਰੀ ਵੀ ਰਾਖ 'ਚ ਤਬਦੀਲ ਹੋ ਗਈ, ਜਿਸ ਨਾਲ ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਨਾਲ ਲੱਗੀ, ਜਿਸ 'ਚ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਲੇਕਿਨ ਗਨੀਮਤ ਇਹ ਰਹੀ ਕਿ ਫੈਕਟਰੀ 'ਚ ਕੰਮ ਕਰਨ ਵਾਲੇ ਕਰਮਚਾਰੀ ਬਚ ਗਏ। ਡਿਊ ਟੂ ਸਮ ਸ਼ਾਰਟ ਸਰਕਿਟ ਰੀਜ਼ਨ ਰਹਿ ਗਿਆ, ਜਿੱਥੇ ਸਾਡਾ ਮਾਲ ਡਰੇਨ ਹੁੰਦਾ ਗਮ ਰੋਜ਼ਨ, ਉਹਦੇ ਵਿੱਚ ਉਹਦਾ ਕੋਈ ਸਪਾਰਕ ਗਿਆ, ਉਹ ਬਲਾਸਟ ਹੋ ਗਿਆ, ਇੱਕ ਪਲਾਂਟ ਬਲਾਸਟ ਹੋਇਆ, ਉਸ ਤੋਂ ਬਾਅਦ ਦੂਜਾ ਹੋ ਗਿਆ, ਉਹਦੇ ਵੇਪਰਸ ਵਗੈਰਾ ਉੱਧਰ ਜਾਣ ਨਾਲ, ਫਾਇਰ ਜਾਣ ਨਾਲ। ਫਿਰ ਉਸ ਤੋਂ ਬਾਅਦ ਜਿੰਨਾ ਵੀ ਸਾਰਾ ਸਟੋਕ ਪਿਆ ਸੀਗਾ, ਪਲਾਂਟ ਐਂਡ ਸਟਰਕਚਰ ਪਿਆ ਸੀਗਾ, ਮਸ਼ੀਨਰੀ ਸਾਰੀ ਸੜ ਗਈ, ਵਿੱਚ ਵਿੱਚ ਸ਼ੈੱਡ ਵੀ ਸੜ ਗਿਆ, ਜੇ ਵੱਡਾ ਵੱਡਾ ਸ਼ੈੱਡ ਪਾਇਆ ਹੋਇਆ ਸੀ, ਸਾਰਾ ਹੀ ਵਿੱਚ ਚੱਲ ਗਿਆ। ਕਿੰਨੇ ਦਾ ਨੁਕਸਾਨ ਹੋਇਆ? ਆਲਮੋਸਟ ਸਾਡਾ 2 ਕਰੋੜ ਪਲੱਸ ਦਾ ਸਟੋਕ ਪਿਆ ਹੋਇਆ ਸੀਗਾ ਪਲਾਂਟ ਦੇ ਉੱਤੇ। ਹਾਂਜੀ। ਅਤੇ 1 ਕਰੋੜ ਰੁਪਏ ਦੀ ਸਾਡੀ ਮਸ਼ੀਨਰੀ ਆ, ਜਿਹੜੀ ਆਪਾਂ ਇੱਥੇ ਇੰਸਟਾਲ ਕੀਤੀ ਹੈ। ਠੀਕ ਹੈ। ਟੋਟਲ ਕਿੰਨਾ ਹੋ ਗਿਆ? ਟੋਟਲ ਉਹੀ 70-80 ਲੱਖ ਰੁਪਏ ਦੀ ਮਸ਼ੀਨਰੀ ਸੜ ਗਈ। ਹਾਂਜੀ। ਇੱਧਰ ਬੋਇਲਰ ਅਤੇ ਜਨਰੇਟਰ ਬਚ ਗਏ, ਬਾਕੀ ਇੱਧਰਲਾ ਸੈਕਸ਼ਨ ਸਾਰਾ ਸੜ ਗਿਆ। ਅੱਗ ਉਹੀ ਸਾਡੇ ਤਕਰੀਬਨ 6 ਵਜੇ ਦੇ ਲਮਸਮ 'ਤੇ ਅੱਗ ਲੱਗੀ ਹੈ। ਹਾਂਜੀ, ਤੁਹਾਡੇ ਸਾਹਮਣੇ 25 ਗੱਡੀਆਂ ਪਾਣੀ ਦੀਆਂ ਲੱਗ ਗਈਆਂ, 30 ਗੱਡੀਆਂ ਲੱਗ ਗਈਆਂ। ਠੀਕ। ਸਟੋਕ ਸੀਗਾ ਬਹੁਤ ਜ਼ਿਆਦਾ, ਉਸ ਕਰਕੇ ਫਿਰ ਜਿੰਨਾ ਕਰ ਰਿਹਾ ਐਫਰਟ ਕਰੀ ਦਾ ਫਿਰ ਜਾਨੀ ਮਾਲ ਦਾ ਕੋਈ। ਉਧਰ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ। ਉਹਨਾਂ ਦੱਸਿਆ ਕਿ 15 ਦੇ ਕਰੀਬ ਗੱਡੀਆਂ ਅੱਗ ਬੁਝਾਉਣ 'ਚ ਜੁੱਟ ਗਈਆਂ, ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਲੱਗਾ ਜੀ, ਉਹ ਬਾਅਦ ਜਾਂਚ ਕਰਾਂਗੇ ਫਿਰ ਪਤਾ ਲੱਗੂਗਾ। ਕਿੰਨੀਆਂ ਗੱਡੀਆਂ ਲੱਗ ਗਈਆਂ? 15 ਲੱਗ ਗਈਆਂ ਜੀ। ਤੇ ਕਿੰਨਾ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ? 2 ਘੰਟੇ ਹੋ ਗਏ ਕੰਟਰੋਲ ਕਰ ਲਈ ਅੱਗ, ਬਾਕੀ ਪਾਣੀ ਮਾਰ ਰਹੇ ਥੋੜੇ ਥੋੜੇ ਬੁਝ ਜਾਏਗੀ। ਇਸ ਸੰਬੰਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਇਹ ਨਾ ਸਠਿਆਲਾ ਪਿੰਡ ਹੈ, ਥਾਣੇ ਬੁੱਲੋ ਪੁੱਲੋਵਾਲ ਦੇ ਵਿੱਚ, ਇੱਥੇ ਅੰਕਿਤ ਹੈਗਾ ਹੈ, ਉਹਨਾਂ ਦੀ ਫੈਕਟਰੀ ਹੈ ਬਰੋਜ਼ੇ ਦੀ। ਤਕਰੀਬ 6-6:30 ਵਜੇ ਇੱਥੇ ਅੱਗ ਲੱਗ ਗਈ ਅਚਾਨਕ ਅੰਦਰ, ਜਿਹਦੇ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ। ਅਤੇ ਉਹਨੂੰ ਬੁਝਾਉਣ ਵਾਸਤੇ ਬੜੀ ਮੁਸ਼ਕਲ ਕੀਤੀ ਹੈ, ਅਤੇ ਕਾਫੀ ਗੱਡੀਆਂ ਆਈਆਂ ਹੈ ਅਤੇ ਬੁਝ ਵੀ ਗਈ ਹੈ, ਕਾਫੀ ਹੱਥਾਂ ਕੰਮ ਦਿੱਤੇ ਥੋੜ੍ਹੀ ਬਹੁਤੀ ਹੈ। ਸਰ ਜਾਨੀ ਨੁਕਸਾਨ ਕੋਈ ਹੈ, ਇਹਨਾਂ ਦਾ ਮਾਲੀ ਨੁਕਸਾਨ ਕਾਫੀ ਹੋ ਗਿਆ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਫਗਵਾੜੇ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਧਮਾਕਾ। ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ। ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ। ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣਗੇ ਕਈ ਵੱਡੇ ਇਨਾਮ। ਨਾਲ ਹੀ ਸੈਕਿੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘ ਟ੍ਰੋਨਿਕ ਮੋਬਾਈਲਸ ਗੈਜਟਸ ਐਂਡ ਮੋਰ ਗੁਰੂ ਹਰਗੋਬਿੰਦ ਨਗਰ ਫਗਵਾੜਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98141-0184, 98552-22000।